ਸੋ ਅੱਜ ਹੈ ਆਪਣਾ ਡੇ 2 ਆਫ ਰੀਡਿੰਗ ਰੂਲਸ ਡਿਸਕਸ਼ਨ। ਡੇ 1 ਦੇ ਵਿੱਚ ਆਪਾਂ ਤੁਹਾਨੂੰ ਪਤਾ ਵੀ ਰੂਲ ਦੀ ਡਿਸਕਸ਼ਨ ਕੀਤੀ ਸੀ 1 ਤੋਂ ਲੈ ਕੇ 10 ਤੱਕ। ਅੱਜ ਡਿਸਕਸ ਕਰਾਂਗੇ 11 ਤੋਂ ਲੈ ਕੇ 20 ਤੱਕ। ਜਿਹੜੇ ਬੱਚਿਆਂ ਨੇ ਪਹਿਲਾਂ ਵਾਲੀ ਵੀਡੀਓ ਨਹੀਂ ਦੇਖੀ ਪਹਿਲਾਂ ਉਹ ਵਾਲੀ ਵੀਡੀਓ ਦੇਖ ਲਓ, ਬਿਕੋਜ਼ ਜਿਹੜੇ ਬੇਸਿਕਸ ਉਹਦੇ 'ਚ ਦੱਸੇ ਹੋਏ ਆ ਮੈਂ ਉਹ ਇਹਦੇ 'ਚ ਨਹੀਂ ਦੱਸਣੇ। ਰੀਜ਼ਨ ਹੈ ਵੀ ਆਪਾਂ ਵੀਡੀਓ ਨੂੰ ਥੋੜ੍ਹੀ ਸ਼ੋਰਟ ਰੱਖਣਾ ਅਤੇ ਛੇਤੀ ਛੇਤੀ ਰੂਲਸ ਨੂੰ ਡਿਸਕਸ ਕਰਨਾ, ਕਿਉਂਕਿ 35-36 ਮਿੰਟ ਤੁਹਾਨੂੰ ਦੇਖਣਾ ਥੋੜ੍ਹਾ ਜਿਹਾ ਔਖਾ ਹੋ ਜਾਂਦਾ। ਸੋ ਜੇ ਤੁਸੀਂ ਚਾਹੁੰਦੇ ਹੋ ਤੁਹਾਡੇ ਕੋਲ ਤੀਸਰੀ ਵੀਡੀਓ ਵੀ ਪਹੁੰਚੇ ਈਜ਼ੀਲੀ ਵਿਦਆਊਟ ਐਨੀ ਐਫਰਟ, ਤਾਂ ਸਬਸਕ੍ਰਾਈਬ ਜ਼ਰੂਰ ਕਰ ਲਓ ਚੈਨਲ ਨੂੰ ਅਤੇ ਸ਼ੇਅਰ ਕਰਦੇ ਕਰੋ ਵੀਡੀਓ ਨੂੰ ਜਿਨ੍ਹਾਂ ਨੂੰ ਵੀ ਰੀਡਿੰਗ ਦੇ ਵਿੱਚ ਦਿੱਕਤ ਆਉਂਦੀ ਪਈ ਹੈ। ਬਹੁਤ ਯੂਸਫੁਲ ਵੀਡੀਓ ਰਹੂਗੀ ਤੁਹਾਡੇ ਲਈ। ਡਾਇਰੈਕਟਲੀ ਚੱਲਦੇ ਸਕਰੀਨ ਦੇ ਉੱਤੇ, ਕਰਦੇ ਜੀ ਆਪਣੇ ਅੱਜ ਦੇ ਦਿਨ ਦੀ ਸ਼ੁਰੂਆਤ। ਓਕੇ ਜੀ, ਰੂਲਸ ਦਾ ਰਿਵਿਊ ਜਿਹੜਾ ਅਸੀਂ ਤੁਹਾਨੂੰ ਦੇ ਦਿੰਦੇ 11 ਤੋਂ ਲੈ ਕੇ ਜਿਹੜਾ 20 ਤੱਕ ਹੈ। ਮੋਡਾਲਸ ਅੱਜ ਆਪਾਂ ਕਰਾਂਗੇ ਡਿਸਕਸ, ਇਹਦੇ ਵਿੱਚ ਨਾਊਨ ਕਰਾਂਗੇ, ਹੀ ਸ਼ੀ ਦੇ ਨਾਲ ਕੀ ਲੱਗਦਾ ਜ਼ਿਆਦਾਤਰ, ਮੈਨੀ ਮੱਚ, ਡੂ ਡਿਡ ਡਸ ਦੇ ਨਾਲ ਕੀ ਲੱਗਦਾ ਅਤੇ ਬਾਏ ਤੋਂ ਬਾਅਦ ਕੀ ਲੱਗਦਾ। ਫਿਰ ਕੱਲ੍ਹ ਵਾਲੀ ਚੀਜ਼ ਜਿਹੜੀ ਮੈਂ ਥੋੜ੍ਹੀ ਤੁਹਾਨੂੰ ਰਿਪੀਟ ਕਰਨਾ ਚਾਹੁੰਦਾ ਵੀ ਜੋ ਵੀ ਚੀਜ਼ ਤੁਹਾਨੂੰ ਡਿਸਕਸ ਕਰ ਰਹੇ ਹਾਂ ਉਹ ਸਟਾਰ ਮਾਰਕਡ ਹੁੰਦੀ ਹੈ, ਮੀਨਸ ਟੂ ਸੇ ਨਿਰਾ ਪੂਰਾ 100% ਨਹੀਂ ਹੁੰਦਾ ਵੀ ਇਹ ਹੀ ਆਂਸਰ ਆਊਗਾ। ਐਡਵਾਂਸ ਤਰੀਕੇ ਨਾਲ ਜਦੋਂ ਲਿਖਿਆ ਜਾਂਦੀ ਇੰਗਲਿਸ਼ ਥੋੜ੍ਹੇ ਜਿਹੇ ਚੇਂਜਸ ਆ ਜਾਂਦੇ ਆ। ਸ਼ੁਰੂਆਤ ਕਰਦੇ ਹਾਂ ਮੋਡਾਲਸ ਤੋਂ। ਕੈਨ, ਕੁਡ, ਮੇ, ਮਾਈਟ, ਸ਼ੁੱਡ, ਵੁੱਡ, ਔਰ ਟੂ, ਮਸਟ, ਇਹ ਸਾਰੇ ਮੋਡਾਲਸ ਹੈ। ਮੋਡਾਲਸ ਵਰਬਸ ਆਰ ਯੂਜ਼ਡ ਬਿਫੋਰ ਆਰਡੀਨਰੀ ਵਰਬਸ ਟੂ ਸ਼ੋ ਮੀਨਿੰਗ ਸੱਚ ਐਸ ਪੋਸੀਬਿਲਿਟੀਜ਼, ਪਰਮਿਸ਼ਨ, ਸਰਟੇਨਿਟੀ, ਐਕਸੈਟਰਾ। ਦੇ ਕੈਨ ਜਸਟ ਸਿੰਪਲੀ ਬੀ ਕਾਲਡ ਦ ਮੋਡਾਲਸ, ਠੀਕ ਹੈ। ਮਾਈਟ ਕੀ ਹੁੰਦਾ, ਸ਼ੁੱਡ ਕੀ ਹੁੰਦਾ, ਮਸਟ ਕੀ ਹੁੰਦਾ, ਮੇ, ਕੁਡ, ਇਹ ਸਾਰੇ ਮੈਂ ਨਾਲ ਬ੍ਰੈਕਟ 'ਚ ਐਕਸਪਲੇਨ ਕੀਤੇ ਹੋਏ ਆ, ਤੁਸੀਂ ਇਹਨੂੰ ਪੌਜ਼ ਕਰਕੇ ਰੀਡ ਕਰ ਸਕਦੇ ਹੋ। ਆਪਾਂ ਚੱਲਦੇ ਹਾਂ ਅਗਲੇ ਪੇਜ ਦੇ ਉੱਤੇ। ਹੁਣ ਇਹਨਾਂ ਨੂੰ ਆਪਾਂ ਥੋੜ੍ਹਾ ਜਿਹਾ ਐਗਜੈਂਪਲੀਫਾਈ ਕਰਕੇ ਦੇਖਦੇ ਹਾਂ ਵੀ ਮੈਂ ਇਹਨੂੰ ਕਿਉਂ ਸਮਝਾਉਣਾ ਚਾਹੁੰਦਾ, ਤੁਹਾਨੂੰ ਰੀਡਿੰਗ ਦੇ ਵਿੱਚ ਕਿਵੇਂ ਹੈਲਪ ਮਿਲਦੀ ਹੈ ਤੁਹਾਨੂੰ। ਇਹਨਾਂ ਦੇ ਨਾਲ ਆਪਣਾ ਰੂਲ ਕਹਿੰਦਾ ਜੀ, ਜੇ ਬਲੈਂਕ ਦੇ ਵਿੱਚ ਤੁਹਾਨੂੰ ਵਰਬ ਚਾਹੀਦੀ ਹੈ ਤਾਂ ਵਰਬ ਦੀ ਫਸਟ ਫਾਰਮ ਆਉਂਦੀ ਹੈ। ਪਿਛਲੀ ਵੀਡੀਓ 'ਚ ਜਿਵੇਂ ਆਪਾਂ ਡਿਸਕਸ ਕੀਤਾ ਸੀਗਾ, ਜੇ ਵਰਬ ਦੀ ਪੋਜੀਸ਼ਨ ਦੇ ਉੱਤੇ ਕੁਝ ਹੋਰ ਚੀਜ਼ ਆ ਰਹੀ ਹੈ, ਮੀਨਸ ਉਹ ਕੀ ਹੋਊਗਾ, ਐਡਵਰਬ ਹੋ ਸਕਦਾ, ਵਰਬ ਹੋ ਸਕਦਾ ਉਹ ਬਲੈਂਕ ਨੂੰ ਛੱਡ ਕੇ ਅੱਗੇ ਪਿਆ ਹੋਵੇ। ਐਡਵਰਬਸ ਦੀ ਮੈਂ ਉਹਦੇ ਵਿੱਚ ਪ੍ਰੈਕਟਿਸ ਕਰਾਈ ਸੀ, ਤੁਸੀਂ ਪਲੀਜ਼ ਉਹਨੂੰ ਵੀਡੀਓ ਨੂੰ ਜ਼ਰੂਰ ਦੇਖ ਲਿਓ, ਮੈਂ ਉੱਪਰ ਆਈ ਲਿੰਕ ਦੇ ਵਿੱਚ ਦੇ ਦਿੰਦਾ, ਜਿਹੜੇ ਆਪਾਂ 1 ਤੋਂ ਲੈ ਕੇ 10 ਤੱਕ ਰੂਲ ਡਿਸਕਸ ਕੀਤੇ ਸੀ। ਯੂ ਕੈਨ ਪੁੱਟ ਯੋਰ ਬਿਲੋਂਗਿੰਗਸ ਔਨ ਦਾ ਡੈਸਕ। ਹੁਣ ਕਹਿਣ ਤੋਂ ਬਾਅਦ ਜੇ ਸਪੇਸ ਆ ਗਈ, ਤੁਸੀਂ ਵਰਬ ਦੀ ਫਸਟ ਫਾਰਮ ਲਗਾਓਗੇ, ਉੱਥੇ ਤੁਸੀਂ ਰੱਖ ਸਕਦੇ ਹੋ, ਪਲੇਸ ਕਰ ਸਕਦੇ ਹੋ। ਮੈਰੀ ਸ਼ੁੱਡ ਡੈਸ਼ ਅਬਾਊਟ ਹਰ ਡਿਡਕਟਿਡ ਅਮਾਊਂਟ, ਉਹਨੂੰ ਕਨਫਰਮ ਕਰਨਾ ਪੈਣਾ। ਸ਼ੁੱਡ ਆਸਕ ਅਬਾਊਟ ਜਾਂ ਕੁਛ ਇਹੋ ਜਿਹਾ ਆਂਸਰ ਆਊਗਾ, ਜਿਹੜਾ ਵੀ ਆਊਗਾ ਵਰਬ ਦੀ ਫਸਟ ਫਾਰਮ ਹੋਊਗੀ, ਅਤੇ ਉਹ ਕੋਲੋਕੇਟ ਹੋਣਾ ਚਾਹੀਦਾ ਸੈਂਟੈਂਸ ਦੇ ਰੂਲ ਦੇ ਨਾਲ। ਸੈਕਿੰਡ ਥਿੰਗ ਮੈਂ ਤੁਹਾਨੂੰ ਹੋਰ ਦੱਸਦਾ, ਉਹ ਵੀਡੀਓ ਦੇ ਵਿੱਚ ਮੈਂ ਦੱਸਿਆ ਸੀਗਾ ਵੀ ਟੀਚਰ ਦੇ ਟਿਪਸ ਪੜ੍ਹਨੇ ਬਹੁਤ ਜ਼ਰੂਰੀ ਹੈ, ਜੇ ਤੁਹਾਨੂੰ ਰੂਲਸ ਬਿਨਾਂ ਟਿਪ ਤੋਂ ਤੁਸੀਂ ਇੰਪਲੀਮੈਂਟ ਕਰੋਗੇ ਤਾਂ ਮਾਰ ਖਾਓਗੇ। ਟਿਪਸ ਨੂੰ ਜ਼ਰੂਰ ਪੜ੍ਹ ਲਓ ਜਿਹੜੀ ਪਿਛਲੀ ਵੀਡੀਓ ਦੇ ਵਿੱਚ ਸੀਗੇ। ਕੈਮੀਕਲਸ ਮੇ ਅਫੈਕਟ ਯੋਰ ਬੋਨਸ, ਵੁੱਡ ਯੂ ਪਲੀਜ਼ ਪਾਸ ਦਾ ਬੁੱਕਸ ਇਨ ਯੋਰ ਰੋ। ਹੁਣ ਇੱਥੇ ਮੈਂ ਤੁਹਾਨੂੰ ਪੋਜੀਸ਼ਨ ਸਮਝਾਈ ਹੈ, ਵੁੱਡ ਲੱਗਿਆ ਬਿਲਕੁਲ ਫਸਟ ਦੇ ਉੱਤੇ ਅਤੇ ਪਾਸ ਲੱਗਿਆ ਉਦੋਂ ਦੋ ਵਰਡ ਛੱਡ ਕੇ। ਐਕਚੁਅਲ ਵਿੱਚ ਸੈਂਟੈਂਸ ਦੇ ਵਿੱਚ ਵਰਬ ਮਿਸਿੰਗ ਸੀਗਾ ਅਤੇ ਵਰਬ ਆਊਗਾ ਵੁੱਡ ਦੇ ਅਕੋਰਡਿੰਗ, ਉਹ ਵੁੱਡ ਨਾਲ ਕੋਲੋਕੇਟ ਕਰਦਾ ਪਿਆ ਇੱਥੇ। ਕਈ ਬੱਚੇ ਕਹਿੰਦੇ ਜਿਵੇਂ ਨਾਲ ਹੀ ਲੱਭਦੇ, ਸਰ ਮੇ ਦੇ ਨਾਲ ਬਲੈਂਕ ਨਹੀਂ ਆਈ ਸੀ, ਉੱਥੇ ਤਾਂ ਵਰਬ ਆਇਆ ਹੀ ਨਹੀਂ। ਸੋ ਇੱਕ ਐਕਸਰਸਾਈਜ਼ ਛੋਟੀ ਜੀ, ਅਤੇ ਕੁੱਡ ਨਾਟ ਡੈਸ਼ ਦਾ ਪ੍ਰੋਜੈਕਟ ਅਹੈਡ ਆਫ ਸ਼ੈਡਿਊਲ। ਸ਼ੈਡਿਊਲ ਵੀ ਕਹਿ ਸਕਦੇ ਹੋ, ਸ਼ੈਡਿਊਲ ਵੀ ਕਹਿ ਸਕਦੇ ਹੋ। ਦੇ ਕੁੱਡ ਨਾਟ, ਸੋ ਕੈਨ ਕੁੱਡ ਤਾਂ ਉਹੀ ਲੱਗਿਆ ਹੋਇਆ, ਉਹਦੇ ਨਾਲ ਨਾਟ ਲੱਗ ਗਿਆ, ਵਰਬ ਦੀ ਟੋਨ ਤਾਂ ਉਹੀ ਲੱਗੂਗੀ। ਸੋ ਸਮਾਰਟਲੀ ਵਗੈਰਾ ਜਿਹੜੀਆਂ ਆਹ ਚੀਜ਼ਾਂ ਹੈਗੀਆਂ ਤੁਹਾਨੂੰ ਲੱਗਦਾ ਹੈ ਵਰਬ ਦੀ ਫਸਟ ਫਾਰਮ ਹੈ? ਸਮਾਰਟਲੀ ਹੋ ਗਿਆ ਜਾਂ ਸਮੈਲ ਹੋ ਗਿਆ? ਲੋ, ਕਲੈਰੀਫਾਇੰਗ ਆਈ ਐਨ ਜੀ, ਵਰਬ ਨਾਲ ਆਈ ਐਨ ਜੀ ਲੱਗ ਗਿਆ, ਮੀਡੀਏਟਰ ਬੰਦਾ ਹੁੰਦਾ। ਕੰਪਲੀਟ ਜਾਂ ਗੋ, ਦੋਨਾਂ 'ਚ ਇੱਕ ਆ ਗਿਆ। ਕੁੱਡ ਨਾਟ ਗੋ ਦਾ ਪ੍ਰੋਜੈਕਟ, ਗੋ ਟੂ ਦਾ ਪ੍ਰੋਜੈਕਟ ਕੁਛ ਇੱਦਾਂ ਦਾ ਹੁੰਦਾ, ਫਿਰ ਵੀ ਆਪਾਂ ਮੰਨ ਸਕਦੇ ਸੀ। ਸੋ ਕੁੱਡ ਨਾਟ ਕੰਪਲੀਟ ਦਾ ਪ੍ਰੋਜੈਕਟ। ਅਗਲਾ, ਸ਼ੀ ਡੈਸ਼ ਹੈਵ ਲੈਫਟ ਹਰ ਕੀਜ਼ ਐਟ ਹੋਮ, ਦੇ ਆਰ ਨਾਟ ਇਨ ਦਾ ਕਾਰ। ਸ਼ੀ ਡੈਸ਼ ਹੈਵ ਲੈਫਟ ਹਰ ਕੀਜ਼ ਐਟ ਹੋਮ, ਹੋ ਸਕਦਾ ਉਹ ਚਾਬੀਆਂ ਘਰੇ ਰੱਖ ਗਈ ਹੋਵੇ, ਕਿਉਂਕਿ ਉਹਦੀਆਂ ਚਾਬੀਆਂ ਗੱਡੀ 'ਚ ਹੈ ਨਹੀਂ ਆ। ਸੋ ਹੋ ਸਕਦਾ, ਜਿਹੜੇ ਪਿਛਲੇ ਰੂਲਸ ਦੇ ਵਿੱਚ ਮੈਂ ਸਮਝਾਇਆ, ਮੇ, ਮਾਈਟ,
ਕਿਹੜੀ ਚੀਜ਼ ਦੇ ਨਾਲ ਲੱਗਦਾ? ਹੁਣ ਇੱਥੇ ਸਰ ਮੇ ਵੀ ਹੋ ਸਕਦਾ, ਕੈਨ ਵੀ ਹੋ ਸਕਦਾ, ਸ਼ੁੱਡ ਵੀ ਹੋ ਸਕਦਾ, ਬਟ ਉਹ ਕਿਹੜੀ ਪੋਸੀਬਿਲਿਟੀ ਦੇ ਨਾਲ ਲੱਗਦਾ ਤੁਹਾਨੂੰ ਉੱਥੋਂ ਆਂਸਰ ਇਹਦਾ ਮਿਲੂਗਾ। ਸੋ ਇੱਥੇ ਕੀ ਆਂਸਰ ਆਊਗਾ? ਸ਼ੁੱਡ ਨਹੀਂ ਆਊਗਾ, ਕੁੱਡ ਨੋ, ਸ਼ੈਲ ਵੀ ਨਹੀਂ ਆਊਗਾ, ਹੈਜ਼ ਵੀ ਨਹੀਂ ਆਊਗਾ, ਸ਼ੀ ਹੈਜ਼ ਹੈਵ ਲੈਫਟ ਨੋ, ਸ਼ੀ ਮਿਸਟੇਕਨ ਨੋ, ਸ਼ੀ ਫੋਰਗਟ। 80% ਬੱਚਿਆਂ ਨੇ ਆਂਸਰ ਤਾਂ ਫੋਰਗਟ ਦਿੱਤਾ ਹੋਣਾ ਸਰ, ਫੋਰਗਟ ਹਰ ਕੀਜ਼ ਐਟ ਹੋਮ, ਬਟ ਇਹ ਨਹੀਂ ਗਾ। ਸ਼ੀ ਮਾਈਟ ਹੈਵ, ਮੇ ਵੀ ਨਹੀਂ ਆਊਗਾ, ਮੇ ਅਤੇ ਮਾਈਟ ਕਿਹਦੇ ਨਾਲ ਲੱਗਦਾ? ਪਲੀਜ਼ ਉਹ ਵਾਲੇ ਪਾਰਟ ਦੇ ਵਿੱਚੋਂ ਪੜ੍ਹ ਲਓ। ਚੱਲਦੇ ਹਾਂ ਜੀ ਰੂਲ ਨੰਬਰ 12 ਦੇ ਉੱਤੇ। ਮੋਡਾਲਸ ਦੇ ਨਾਲ ਜੇ ਆਪਣਾ ਬੀ ਲੱਗ ਜੇ, ਇੱਥੇ ਹੋਣਾ ਬੀ ਲਿਖਿਆ ਹੋਇਆ, ਜੇ ਕੁੱਡ ਵੁੱਡ ਦੇ ਨਾਲ ਪਲੱਸ ਬੀ ਲੱਗਿਆ ਹੋਵੇ ਅਤੇ ਪਲੱਸ ਬਲੈਂਕ ਆ ਜਾਏ, ਤਾਂ ਉੱਥੇ ਵਰਬ ਦੀ ਥਰਡ ਫਾਰਮ ਵੀ ਲੱਗ ਜਾਂਦੀ ਹੈ ਅਤੇ ਆਈ ਐਨ ਜੀ ਵੀ ਲੱਗ ਜਾਂਦੀ ਹੈ। ਹੁਣ ਅੱਧਾ ਰੂਲ ਨਾ ਸਮਝਿਆ ਕਰੋ, ਦੋਨਾਂ ਦੀ ਐਕਸਰਸਾਈਜ਼ ਆਪਾਂ ਛੋਟੀ ਜਿਹੀ ਕਰਕੇ ਦੇਖਦੇ ਹਾਂ। ਦ ਪ੍ਰੋਜੈਕਟ ਮਾਈਟ ਬੀ ਕੰਪਲੀਟਿਡ ਬਾਏ ਦਾ ਐਂਡ ਆਫ ਦਾ ਵੀਕ। ਨਾਲੇ ਮੈਂ ਤੁਹਾਨੂੰ ਬਾਏ ਦੀ ਵੀ ਪਹਿਲਾਂ ਐਗਜ਼ਾਮਪਲ ਦੇਤੀ ਸੀ, ਬਾਏ ਲੱਗਿਆ ਹੋਵੇ ਤਾਂ ਉਦੋਂ ਪਹਿਲਾਂ ਪਾਸਟ ਪਾਰਟਿਸਿਪਲ ਆਉਂਦਾ। ਦੋ ਹਿੰਟ ਮਿਲ ਗਏ, ਮਾਈਟ ਬੀ ਵੀ ਲੱਗਿਆ ਅਤੇ ਬਾਏ ਵੀ ਲੱਗਿਆ, ਤਾਂ ਓਬਵੀਅਸਲੀ ਪਾਸਟ ਪਾਰਟਿਸਿਪਲ। ਸੋ ਕੰਪਲੀਟਿਡ, ਸ਼ੀ ਮਾਈਟ ਬੀ ਅਟੈਂਡਿੰਗ, ਆਈ ਐਨ ਜੀ ਲੱਗ ਗਿਆ, ਇੱਥੇ ਮੈਂ ਮਾਈਟ ਬੀ ਦੇ ਨਾਲ ਈ ਡੀ ਲਗਾਇਆ, ਇੱਥੇ ਮੈਂ ਆਈ ਐਨ ਜੀ ਲਗਾਇਆ, ਤਾਂ ਕਿ ਤੁਹਾਨੂੰ ਕਲੀਅਰ ਹੋ ਜਾਵੇ। ਹੋ ਸਕਦਾ ਅਟੈਂਡ ਕਰੀ ਜਾਂਦੀ ਹੋਵੇ ਕਾਨਫਰੰਸ ਨੈਕਸਟ ਮੰਥ, ਸ਼ੀ ਮਾਈਟ ਬੀ ਅਟੈਂਡਿੰਗ ਦਾ ਕਾਨਫਰੰਸ ਨੈਕਸਟ ਮੰਥ, ਦੈਟ ਨੋਇਜ਼ ਯੂ ਹਰਡ ਮਾਈਟ ਬੀ ਕਮਿੰਗ ਫਰੋਮ ਦਾ ਕੰਸਟਰਕਸ਼ਨ ਸਾਈਟ, ਜਿਹੜੀ ਆਵਾਜ਼ ਤੁਹਾਨੂੰ ਸੁਣੀ ਦੀ ਹੋ ਸਕਦਾ ਉੱਥੋਂ ਆਈ ਜਾਂਦੀ ਹੋਵੇ, ਜਾਂਦੀ ਆਈ ਜਾਂਦੀ, ਸੋ ਕੰਟੀਨਿਊਸ ਟੋਨ ਚਾਹੀਦੀ ਸੀ, ਸੋ ਕਮਿੰਗ ਆਈ ਐਨ ਜੀ। ਚਲੋ ਜੀ ਇਹਦਾ ਇੱਕ ਐਕਸਰਸਾਈਜ਼ ਹੋਰ ਕਰੀਏ। ਵਿਦ ਦਾ ਨਿਊ ਸੋਫਟਵੇਅਰ ਦਾ ਪ੍ਰੋਸੈਸ ਮਾਈਟ ਬੀ ਸਿਗਨੀਫਿਕੈਂਟਲੀ, ਸਰ ਮਾਈਟ ਬੀ ਦੇ ਨਾਲ ਹੁਣ ਇਹਦਾ ਸਮਝਾ ਕੇ ਸੀ, ਆਈ ਐਨ ਜੀ ਆਉਂਦਾ ਜਾਂ ਈ ਡੀ ਆਉਂਦਾ, ਹੁਣ ਆਹ ਕਿਹੜਾ ਵਰਡ ਆ ਗਿਆ? ਯੈਸ ਆਪਾਂ ਕੱਲ੍ਹ ਕੀਤਾ ਸੀ ਐਲ ਵਾਈ ਵਾਲੇ ਕਿਹੜੇ ਹੁੰਦੇ ਆ? ਐਡਵਰਬਸ। ਸੋ ਐਡਵਰਬ ਤੋਂ ਬਾਅਦ ਫਿਰ ਵਰਬ ਆਊਗਾ, ਸੋ ਇਹਦੇ ਨਾਲ ਕਿਹੜਾ ਵਰਬ ਆਊਗਾ? ਜਾਂ ਤਾਂ ਆਈ ਐਨ ਜੀ ਆਊਗਾ ਜਾਂ ਵਰਬ ਦੀ ਥਰਡ ਫਾਰਮ ਆਊਗੀ। ਸਮੈਲ ਨੋ, ਸਮੂਥਲੀ ਐਡਵਰਬ, ਗੁੱਡ ਕਲੈਰੀਫਾਇੰਗ, ਆਈ ਐਨ ਜੀ ਆ ਸਕਦਾ। ਮੋਨੀਟਰ ਨਾਊਨ, ਕੰਪਲੀਕੇਟ ਵਰਬ ਦੀ ਫਸਟ ਫਾਰਮ, ਸਟ੍ਰੀਮਲਾਈਨਡ ਜਾਂ ਫਿਰ ਕਲੈਰੀਫਾਇੰਗ। ਇਟ ਮਾਈਟ ਬੀ ਕਲੈਰੀਫਾਇੰਗ ਦਾ ਪ੍ਰੋਸੈਸ, ਮਾਈਟ ਬੀ ਕਲੈਰੀਫਾਇੰਗ ਦਾ ਪ੍ਰੋਸੈਸ, ਮਾਈਟ ਬੀ ਕਲੈਰੀਫਾਇੰਗ ਸਮਥਿੰਗ, ਕੁਛ ਇੱਦਾਂ ਆਂਸਰ ਆਉਂਦਾ ਤਾਂ ਆ ਸਕਦਾ ਸੀ। ਸਟ੍ਰੀਮਲਾਈਨਡ, ਸਰ ਸਾਨੂੰ ਇਹਦਾ ਮੀਨਿੰਗ ਹੀ ਨਹੀਂ ਪਤਾ ਸੀ, ਪਰ ਆਹ ਤਾਂ ਪਤਾ ਸੀ ਨਾ ਵੀ ਇਹ ਨਹੀਂ ਆਊਗਾ। ਦੂਜੇ ਦਾ ਮੀਨਿੰਗ ਅਨਕਲੀਅਰ ਹੈ, ਬਟ ਹਾਂ ਉਹ ਆਪਣੀ ਟਾਈਪ ਦੇ ਅਕੋਰਡਿੰਗ ਵਿੱਚ ਫਿੱਟ ਹੋ ਰਿਹਾ, ਇਸ ਅਕੋਰਡਿੰਗ ਉੱਥੇ ਆਂਸਰ ਲਗਾ ਸਕਦੇ ਹੋ। ਹੁਣ ਹੁੰਦਾ ਕਿ ਰੀਡਿੰਗ ਦੇ ਵਿੱਚ ਨਿਰਾ ਪੂਰਾ ਤੁਸੀਂ 100% ਮੀਨਿੰਗ 'ਤੇ ਨਹੀਂ ਜਾਣਾ, ਕਈ ਵਾਰੀ ਤੁਹਾਨੂੰ ਗਰਾਮਰ ਵੀ ਬਚਾ ਜਾਂਦੇ। ਜਿਹੜੇ ਵੀ ਬੱਚੇ 90 ਲੈ ਕੇ ਜਾਂਦੇ ਆ, ਤੁਹਾਨੂੰ ਮੈਂ ਅੱਗੇ ਵੀ ਦੱਸਿਆ, ਜ਼ਰੂਰੀ ਨਹੀਂ ਉਹਨਾਂ ਨੂੰ ਸਾਰਾ ਕੁਛ ਹੀ ਆਉਂਦਾ, ਬਟ ਉਹ ਗਰਾਮਰ ਦੇ ਹਿੰਟ ਤੋਂ ਹੀ ਆਂਸਰ ਲੈ ਜਾਂਦੇ, ਤੁਹਾਡੀ ਆਈ ਕਿਊ ਵੀ ਚੈੱਕ ਹੁੰਦੀ ਇਹਦੇ 'ਚ। 13th ਫਲ 'ਤੇ ਚੱਲਦੇ ਹਾਂ। ਨਾਊਨ ਸਿੰਗੂਲਰ ਹੋਵੇ ਇਫ ਅ ਵਰਬ ਇਜ਼ ਨੀਡਿਡ, ਇਹ ਵੀ ਤੁਸੀਂ ਦਿਮਾਗ 'ਚ ਰੱਖਿਆ ਕਰੋ, ਤਾਂ ਵਰਬ ਦੇ ਨਾਲ ਕੀ ਲੱਗੂਗਾ? ਐਸ ਆਰ ਈ ਐਸ। ਨਾਊਨ ਸਿੰਗੂਲਰ ਹੈ, ਉਹਦੇ ਯਕਦਮ ਨਾਲ ਤੁਹਾਨੂੰ ਵਰਬ ਦੀ ਲੋੜ ਪੈ ਗਈ, ਤਾਂ ਵਰਬ ਜੇ ਨਾਊਨ ਸਿੰਗੂਲਰ ਹੈ ਤਾਂ ਵਰਬ ਨਾਲ ਐਸ ਔਰ ਈ ਐਸ ਲੱਗੂਗਾ, ਧਿਆਨ ਰੱਖਣਾ। ਦਾ ਪ੍ਰੈਜੈਂਟ ਇਨਡੈਫੀਨੇਟ ਟੈਂਸ ਦਾ ਇਹ ਰੂਲ ਹੈ। ਪ੍ਰੈਜੈਂਟ ਇਨਡੈਫੀਨੇਟ ਟੈਂਸ ਨੂੰ ਆਪਾਂ ਹੋਰ ਕਿਹੜਾ ਟੈਂਸ ਕਹਿ ਦਿੰਦੇ ਹਾਂ? ਸਿੰਪਲ ਪ੍ਰੈਜੈਂਟ ਟੈਂਸ। ਇਜ਼ ਯੂਜ ਟੂ ਡਿਸਕ੍ਰਾਈਬ ਦ ਐਕਸ਼ਨਸ ਦੈਟ ਆਰ ਹੈਬਿਚੁਅਲ, ਜਰਨਲ ਥਰੁਟਸ ਔਰ ਰੈਗੂਲਰ ਅਕਰੈਂਸਿਸ, ਜਿਹੜੇ ਲਗਾਤਾਰ ਹੁੰਦੀਆਂ ਰਹਿੰਦੀਆਂ, ਜਿਹੜੀ ਹਮੇਸ਼ਾ ਹੁੰਦੀਆਂ ਚੀਜ਼ਾਂ। ਇਹ ਮੈਂ ਕਿਉਂ ਕਰਾ ਰਿਹਾ ਇਹ ਰੂਲ, ਮੈਂ ਸਮਝਾਉਂਦਾ ਹੁਣ ਹਰੇਕ ਵਾਰੀ ਬੱਚੇ ਨੂੰ, ਬਿਕੋਜ਼ ਇਹ ਆਰਟੀਕਲਸ ਦੇ ਵਿੱਚ ਸਭ ਤੋਂ ਵੱਧ ਆਉਂਦਾ। ਫਲਾਨਾ ਡੱਡੂ ਹੈ ਜੀ, ਉਹ ਇੱਥੇ ਪਾਇਆ ਜਾਂਦਾ ਹੈ, ਪਾਣੀ ਦੇ ਵਿੱਚ ਐਂ ਕਰ ਦੋਗੇ ਤਾਂ ਐਂ ਹੋ ਜਾਂਦਾ ਹੈ, ਬੱਚਿਆਂ ਨੂੰ ਸਕੂਲ 'ਚ ਐਂ ਹੁੰਦਾ, ਕਾਲਜ ਐਂ ਕਰਕੇ ਆਹ ਕਰਦੇ ਆ, ਗੌਰਮੈਂਟਸ ਬੰਦਿਆਂ 'ਤੇ ਆਹ ਕਰਦੇ ਆ। ਸੋ ਕਰਦੇ ਕਰਦੇ ਹੈ ਵਾਲੀ ਟੋਨ ਜ਼ਿਆਦਾ ਯੂਜ਼ ਹੁੰਦੀ ਹੈ, ਯਾਨੀ ਕਿ ਸਿੰਪਲ ਪ੍ਰੈਜੈਂਟ ਟੈਂਸ ਸਭ ਤੋਂ ਜ਼ਿਆਦਾ ਯੂਜ਼ ਹੁੰਦਾ, ਇਹਨੂੰ ਦਿਮਾਗ ਦੇ ਵਿੱਚ ਰੱਖਣਾ ਹੀ ਰੱਖਣਾ। ਸਮ ਬੇਸਿਕ ਐਗਜ਼ਾਮਪਲ, ਸ਼ੀ ਗੋਜ਼ ਟੂ ਦਾ ਜਿਮ ਐਵਰੀ ਮੋਰਨਿੰਗ, ਜੇ ਆਪਾਂ ਕਹਾਂਗੇ ਦਿਸ ਮੋਰਨਿੰਗ ਨਹੀਂ ਆਊਗਾ, ਹਰ ਰੋਜ਼ ਜਾਂਦੀ ਹੈ, ਇੱਥੋਂ ਆਂਸਰ ਮਿਲਿਆ। ਹੁਣ ਉਹ ਬੱਚਾ ਜਿਹੜਾ ਜਸਟ ਇੱਥੋਂ ਇੱਥੋਂ ਆਂਸਰ ਲੱਭ ਰਿਹਾ ਇੰਨੇ ਕੁ ਪਾਰਟ ਤੋਂ,
ਸ਼ੀ ਗੋ ਟੂ ਦਾ ਜਿਮ, ਫਿਰ ਵੀ ਆਨਸਰ ਦੇ ਸਕਦੇ ਹੋ। ਬਟ ਐਂਡ ਵਾਲੇ ਪਾਰਟ ਨੇ ਦੱਸਿਆ ਸੀ ਵੀ ਉਹ ਟੋਨ ਕਿਸ ਟਾਈਪ ਦੀ ਆ, ਉਹ ਰੈਗੂਲਰ ਹੋਣ ਵਾਲੀ ਹੈ ਜਾਂ ਫਿਰ ਇੱਕ ਟਾਈਮ ਦੀ ਹੀ ਹੈ। ਦ ਅਰਥ ਔਰਬਿਟਸ ਦ ਸਨ, ਇਹ ਤੁਸੀਂ ਰਿਵੋਲਵ ਅਰਾਊਂਡ ਦ ਸਨ ਜਿਵੇਂ ਸੁਣਿਆ ਗਿਆ, ਔਰਬਿਟਸ ਆਨਸਰ ਜਿਹੜਾ ਉਹ ਜ਼ਿਆਦਾ ਕੋਲੋਕੇਟਿਵ ਰਦਰ ਦੈਨ ਰਿਵੋਲਵਸ। ਦ ਟ੍ਰੇਨ ਲੀਵਸ ਐਟ 6 PM, ਠੀਕ ਹੈ ਜੀ। ਟ੍ਰੇਨ ਸਿੰਗੂਲਰ ਹੈ ਤਾਂ ਵਰਬ ਪਲੂਰਲ, ਅਰਥ ਸਿੰਗੂਲਰ ਹੈ ਤਾਂ ਵਰਬ ਪਲੂਰਲ। ਅਗਲਾ ਦੇਖੋ, ਕਰਦੇ ਜੀ ਐਕਸਰਸਾਈਜ਼। ਡਿਸਪਾਈਟ ਦ ਹਾਈ ਕੋਸਟ ਦ ਕੰਪਨੀ ਡੈਸ਼ ਹਾਈ ਕੁਆਲਿਟੀ ਪ੍ਰੋਡਕਟਸ। ਕੰਪਨੀ ਸਿੱਧਾ ਲਾਉਂਗੇ ਮੈਨੂਫੈਕਚਰਡ, ਹੈ ਨਾ, ਕਿਉਂਕਿ ਸਰ ਕੰਪਨੀ ਮੈਨੂਫੈਕਚਰ ਹੀ ਕਰਦੀ ਆ ਹਾਈ ਕੁਆਲਿਟੀ ਪ੍ਰੋਡਕਟਸ ਨੂੰ। ਦ ਕੰਪਨੀ ਮੈਨੂਫੈਕਚਰਡ ਵੀ ਹੋ ਸਕਦਾ, ਦ ਕੰਪਨੀ ਮੈਨੂਫੈਕਚਰਸ ਵੀ ਹੋ ਸਕਦਾ। ਸੋ ਆਪਾਂ ਰੂਲ ਕਿਹੜਾ ਕਰ ਰਹੇ ਹਾਂ? ਪ੍ਰੈਜੈਂਟ ਇੰਡੈਫੀਨੇਟ। ਸੋ ਬਿਲਡ, ਬਣਾਈਆਂ ਉਹਨੇ, ਨੋ, ਵਰਬ ਦੀ ਫਸਟ ਫਾਰਮ ਹੈ। ਸੈਲ, ਨੋ, ਹੁਣ ਦੱਸਦਾ ਕਿਉਂ। ਜਨਰਸਲੀ, ਐਲਵਾਈ ਵਾਲਾ ਐਡਵਰਬ। ਪ੍ਰੋਡਿਊਸਿਸ, ਕਾਹਦੇ ਕਰਕੇ, ਐਸ ਔਰ ਈ ਐਸ, ਉਹ ਐਂ ਕਰਦੀ ਹੈ, ਕੰਪਨੀ ਐਂ ਕਰਦੀ ਹੈ। ਇੰਡੈਫੀਨੇਟ ਹੋਣ ਕਰਕੇ ਵਰਬ ਜਿਹੜਾ ਤੁਹਾਨੂੰ ਚਾਹੀਦਾ ਸੀ ਉਹਦੇ ਨਾਲ ਐਸ ਔਰ ਈ ਐਸ ਚਾਹੀਦੀ ਸੀ, ਬਿਕੋਜ਼ ਕੰਟੀਨਿਊਟੀ ਐਂ ਕਰਦੀ ਹੈ ਕੰਪਨੀ ਆਲਵੇਜ਼। ਦ ਕਮੇਟੀ, ਕਮੇਟੀ ਦੇ ਸਪੈਲਿੰਗ ਚੈੱਕ ਕਰ ਲਓ ਪਲੀਜ਼, ਇਹੋ ਜਿਹੇ ਸਪੈਲਿੰਗ ਨੂੰ ਨੋਟ ਕਰ ਲਿਆ ਕਰੋ। ਦ ਕਮੇਟੀ ਡੈਸ਼ ਵੰਸ ਅ ਮੰਥ ਟੂ ਡਿਸਕਸ ਦ ਪ੍ਰੋਗਰੈਸ, ਮੀਟ, ਬਿਲਡ, ਕੈਚਸ, ਸਲੀਪ, ਵਰਟੀਕਲ ਔਰ ਬਜਟ। ਵਰਟੀਕਲ ਇਜ਼ ਐਨ ਐਡਜੈਕਟਿਵ, ਆਪਾਂ ਕਹਿ ਦਿੰਦੇ ਹਾਂ ਵਰਟੀਕਲ ਡਾਇਗਰਾਮ, ਵਰਟੀਕਲ ਕੁਛ ਵੀ। ਬਜਟ, ਦ ਕਮੇਟੀ ਬਜਟ ਵੰਸ ਅ ਮੰਥ, ਬਜਟ ਕਰਦੀ ਹੈ, ਨੋ, ਇਹ ਨਾਊਨ ਹੈ, ਨਾਊਨ ਦੇ ਨਾਲ ਨਾਊਨ ਕਿਵੇਂ ਲਗਾਓਗੇ। ਦ ਕੰਪਨੀ ਮੀਟ ਵੰਸ ਅ ਮੰਥ ਟੂ ਡਿਸਕਸ, ਦ ਕਮੇਟੀ ਮੀਟ ਕਰਦੀ ਹੈ, ਯੈਸ ਔਰ ਨੋ, ਆ ਸਕਦਾ ਸਰ। ਹੁਣ ਡਿਸਕਸ ਕਰਦੇ ਕਿਉਂ। ਬਿਲਡ, ਕੀ ਬਿਲਡ ਕੀਤਾ ਕੰਪਨੀ ਨੇ, ਨਹੀਂ ਸਮਝ ਲੱਗਣਾ। ਕੈਚਸ, ਆ ਸਕਦਾ ਸਰ, ਐਸ ਆਰ ਈ ਐਸ ਲੱਗੀ ਹੈ, ਦੇਖਦੇ ਹਾਂ ਇਹਨਾਂ ਦੋਨਾਂ 'ਚ ਆਨਸਰ ਕੀ ਆਊਗਾ। ਸਲੀਪ, ਸੌਂਦੀ ਡਿੱਗੀ ਆਊਗੀ। ਆਪਣੇ ਕੋਲ ਆਪਸ਼ਨਸ ਰਹਿ ਗਈਆਂ ਮੀਟ ਜਾਂ ਫਿਰ ਕੈਚਸ। ਹੁਣ ਦੇਖੋ ਜੀ ਤੁਹਾਡਾ ਨਾਊਨ ਸਿੰਗੂਲਰ ਹੈ ਕਿ ਪਲੂਰਲ ਹੈ। ਕਮੇਟੀਜ਼ ਲਿਖਿਆ ਕਿ ਕਮੇਟੀ ਲਿਖਿਆ, ਸਿੰਗੂਲਰ, ਸਿੰਗੂਲਰ ਦੇ ਨਾਲ ਵਰਬ ਦਾ ਕਿਹੜਾ ਰੂਲ ਹੈ? ਯੈਸ, ਆਨਸਰ ਕਲੀਅਰ ਹੋ ਗਿਆ। ਇਹੀ ਚੀਜ਼ ਐਗਜ਼ਾਮ ਦੇ ਵਿੱਚ ਕੰਮ ਦਿੰਦੀ ਹੈ। ਤੁਸੀਂ ਨਾਊਨ ਦੇਖੋ, ਵਰਬ ਨਾਊਨ ਸਿੰਗੂਲਰ ਹੈ ਕਿ ਪਲੂਰਲ ਹੈ, ਉਹਦੇ ਅਕੋਰਡਿੰਗ ਆਪਦਾ ਵਰਬ ਚੂਜ਼ ਕਰੋ। ਤੁਹਾਨੂੰ ਇਹ ਪਤਾ ਲੱਗਣਾ ਚਾਹੀਦਾ ਵੀ ਇਹ ਸੈਂਟੈਂਸ ਇੰਡੈਫੀਨੇਟ ਹੈ ਕਿ ਨਹੀਂ। ਇੰਡੈਫੀਨੇਟ ਕਿਹੜਾ ਹੁੰਦਾ? ਸਰਚ ਤੁਸੀਂ ਕਰ ਵੀ ਸਕਦੇ ਹੋ। ਸਿੰਪਲ ਜੀ ਰਿਕੁਐਸਟ ਹੈ ਵੀ 6 ਕੁ ਕੁਸ਼ਚਨਸ ਹੀ ਹੋਰ ਹੈ, ਹੈ ਨਾ, ਛੋਟੀ ਜਿਹੀ ਵੀਡੀਓ ਹੈ, ਐਂਡ ਤੱਕ ਬਣੇ ਰਹੋ ਤਾਂ ਕਿ ਤੁਹਾਨੂੰ ਹੋਰ ਕਿਤੇ ਜਾਣ ਦੀ ਲੋੜ ਨਾ ਪਵੇ। ਬਹੁਤ ਸਾਰੇ ਰੂਲਸ ਇੱਦਾਂ ਦੇ ਹੁੰਦੇ ਆ ਜਿਹੜੇ ਮਾੜੇ ਜਿਹੇ ਧਿਆਨ ਰੱਖਣ ਵਾਲੀ ਕਈ ਵਾਰੀ ਆਪਣੇ ਦਿਮਾਗ 'ਚ ਰਹਿ ਜਾਂਦਾ। ਜਦੋਂ ਆਪਾਂ ਸਕੂਲਾਂ 'ਚ ਪੜ੍ਹੇ ਹਾਂ ਉਦੋਂ ਹੋਰ ਤਰੀਕੇ ਨਾਲ ਪੜ੍ਹੇ ਹਾਂ, ਉਦੋਂ ਆਪਾਂ ਗ੍ਰਾਮਰ ਨੂੰ ਚੰਗੀ ਤਰ੍ਹਾਂ ਫਰੋਲ ਕੇ ਫਿਰ ਆਪਾਂ ਪੜ੍ਹੇ ਹਾਂ। ਹੁਣ ਆਪਣੇ ਕੋਲ ਉਹਨਾਂ ਟਾਈਮ ਨਹੀਂ ਹੈਗਾ। ਸ਼ਾਰਟਕੱਟਸ ਜੇ ਕਿਸੇ ਬੰਦੇ ਨੇ ਤੁਹਾਡੇ ਲਈ ਕ੍ਰੀਏਟ ਕਰਕੇ ਤੁਹਾਨੂੰ ਸਮਝਾ ਰਿਹਾ ਤਾਂ ਪਲੀਜ਼ ਵੀਡੀਓ ਨੂੰ ਸਪੋਰਟ ਕਰੋ ਅਤੇ ਨਾਲ ਬਣੇ ਰਹੋ। 13th ਨੰਬਰ ਰੂਲ, 14th ਨੰਬਰ, ਨਾਊਨ ਜੇ ਪਲੂਰਲ ਹੋ ਜਾਂਦਾ, ਵਰਬ ਫਿਰ ਚਾਹੀਦਾ ਤਾਂ ਆਪਾਂ ਵਰਬ ਦੀ ਫਸਟ ਫਾਰਮ ਲਗਾਵਾਂਗੇ। ਸੇਮ ਜਿਹੜਾ ਪਿੱਛੇ ਕਰਕੇ ਹਟੇ ਹਾਂ ਉਹਦਾ ਅਪੋਜ਼ਿਟ ਆ ਗਿਆ, ਯਾਨੀ ਕਿ ਨਾਊਨ ਜੇ ਇੱਥੇ ਪਲੂਰਲ ਹੋ ਜਾਂਦਾ ਤਾਂ ਵਰਬ ਸਿੰਗੂਲਰ ਆਉਂਦਾ। ਸਿੰਪਲ ਉਹੀ ਟੈਂਸ ਹੈ। ਹੁਣ ਆਪਾਂ ਐਗਜ਼ਾਮਪਲ ਕਰੀਏ। ਪੀਪਲ ਸਿੰਗੂਲਰ ਹੈ ਕਿ ਪਲੂਰਲ ਹੈ? ਮਲਟੀਪਲ ਲੋਕ ਹੈ। ਪੀਪਲ ਗੋ ਟੂ ਦਾ ਜਿਮ ਐਵਰੀ ਮੋਰਨਿੰਗ। ਹੁਣ ਇੱਥੇ ਗੋਜ਼ ਨਹੀਂ ਲਿਖਾਂਗੇ। ਪ੍ਰੋਨਾਊਨਸ, ਡਿਫਾਈਨ ਦਾ ਨਾਊਨਸ, ਪ੍ਰੋਨਾਊਨਸ ਹੈ ਨਾ, ਮੈਂ ਪ੍ਰੋਨਾਊਨ ਨਹੀਂ ਲਿਖਿਆ। ਜੇ ਪ੍ਰੋਨਾਊਨ ਹੁੰਦਾ ਫਿਰ ਮੈਂ ਇੱਥੇ ਡਿਫਾਈਨਸ ਲਿਖ ਦਿੰਦਾ, ਜੇ ਪ੍ਰੋਨਾਊਨਸ ਹੈ ਤਾਂ ਇੱਥੇ ਡਿਫਾਈਨ ਆਊਗਾ, ਕਿਉਂਕਿ ਨਾਊਨ ਪਲੂਰਲ ਹੈ, ਐਸ ਲੱਗੀ ਹੋਈ ਹੈ, ਇਸ ਕਰਕੇ ਵਰਬ ਦੇ ਨਾਲ ਐਸ ਨਹੀਂ ਲੱਗੂਗੀ। ਹੁਣ ਇਹ ਕਿਉਂ ਜ਼ਰੂਰੀ ਹੈ? ਤੁਹਾਡੀਆਂ ਬਲੈਂਕਸ ਦੇ ਵਿੱਚ ਜਦੋਂ ਆਨਸਰ ਚੱਕੋਗੇ ਨਾ, ਤੁਹਾਨੂੰ ਆਟੋਮੈਟਿਕਲੀ ਕਲੀਅਰ ਹੋਊਗਾ ਵੀ ਮੈਂ ਇੱਥੇ ਵਰਬ ਦੀ ਫਸਟ ਫਾਰਮ ਹੀ ਚੱਕਣੀ ਹੈ, ਹੋਰ ਮੈਂ ਕੁਛ ਚੱਕਣਾ ਹੀ ਨਹੀਂ। ਕਲੀਅਰ ਹੈ? ਦ ਟ੍ਰੇਨਸ, ਮੈਂ ਸੇਮ ਐਗਜ਼ਾਮਪਲ ਚੱਕੀ ਆ, ਹੁਣ ਤੁਸੀਂ ਆਨਸਰ ਦੇਖੋ। ਦ ਟ੍ਰੇਨਸ, ਐਸ ਲੱਗੀ ਹੋਈ ਹੈ, ਲੀਵ ਐਟ 6 PM। ਹੁਣ ਮੈਂ ਵਰਬ ਦੀ ਫਸਟ ਫਾਰਮ ਕਰਤੀ, ਪਿਛਲੇ 'ਚ ਆਪਾਂ ਵਰਬ ਦੀ ਸਿੰਗੂਲਰ ਡਾਊਨ ਨਹੀਂ ਰੱਖੀ ਸੀ, ਆਪਾਂ ਉਹਦੇ ਨਾਲ ਐਸ ਔਰ ਈ ਐਸ ਲਗਾਈ ਸੀ।
ਹੀ ਸ਼ੀ ਇਟ ਦੇ ਵਿੱਚ ਦੈਟ, ਜੇ ਇਹਦੇ ਨਾਲ ਤੁਹਾਨੂੰ ਬਲੈਂਕ ਆ ਜਾਏ ਤਾਂ ਤੁਹਾਨੂੰ ਵਰਬ ਦੀ ਨੀਡ ਪੈਂਦੀ ਹੈ ਤਾਂ ਜ਼ਿਆਦਾਤਰ ਵਰਬ ਦੇ ਨਾਲ ਹੈ, ਸੋਰੀ ਅਸੀਂ ਆ ਫਿਰ ਥਰਡ ਫਾਰਮ ਲਗਾ ਕੇ ਚੱਲੋ। ਦੇ ਵੈਂਟ ਟੂ ਦਾ ਪਾਰਕ, ਗੋ ਵੈਂਟ ਗੋਨ ਸੈਕਿੰਡ ਟੋਨ। ਸ਼ੀ ਬੁੱਕਡ ਆ ਟੈਕਸੀ ਫੋਰ ਆ ਟ੍ਰਿਪ, ਉਹਨੇ ਬੁੱਕ ਕੀਤੀ ਸੀ ਪਾਸਟ। ਹੀ ਗੋਜ ਟੂ ਦਾ ਸਟੇਸ਼ਨ ਐਟ 6 PM, ਐਸ ਔਰ ਈਐਸ, ਉਹ ਜਾਂਦਾ ਹੈ। ਰੱਟੇ ਨਾ ਚਾੜੋ, ਬਸ ਥੋੜ੍ਹੀ ਜਿਹੀ ਅੰਡਰਸਟੈਂਡਿੰਗ ਬਣਾਓ। ਫੋਰ ਅਤੇ ਵਾਇਲ ਦੇ ਨਾਲ ਜਦੋਂ ਵਰਬ ਲੱਗ ਜਾਂਦਾ ਤਾਂ ਜ਼ਿਆਦਾਤਰ ਆਈਐਨਜੀ ਲੱਗਦਾ। ਇਹਦੀ ਐਗਜ਼ਾਮਪਲ, ਦੇ ਸੇਵ ਦਾ ਮਨੀ ਫੋਰ ਬਾਇੰਗ ਅ ਕਾਰ ਵਾਇਲ ਕਨਵਰਟਿੰਗ ਲਿਕੁਇਡ ਇਨ ਟੂ ਗੈਸ, ਦੇ ਫਾਰਮ ਨਿਊ ਮੋਲੀਕਿਊਲ। ਆਈ ਐਮ ਫੋਰ ਇੰਪਰੂਵਿੰਗ ਦਾ ਪਬਲਿਕ ਟਰਾਂਸਪੋਰਟੇਸ਼ਨ ਸਿਸਟਮ। ਗੋਟ ਇਟ? ਅਗਲੇ ਦੇ ਚੱਲ ਰਿਹਾ 17ਵਾਂ ਅਤੇ 18ਵਾਂ ਲਗਭਗ ਸੇਮ ਜਿਹੀ ਹੈ, ਬਟ ਜਦੋਂ ਕੋਈ ਚੀਜ਼ ਆਪਾਂ ਕਹਿੰਦੇ ਬਹੁਤ ਬਹੁਤ ਦੇ ਨਾਲ ਚੀਜ਼ਾਂ ਹੀ ਆਪਾਂ ਯੂਜ਼ ਕਰਦੇ ਹਾਂ। ਮੇਰੇ ਕੋਲ ਬਹੁਤ ਇੱਕ ਸਿੰਗੂਲਰ ਪੈੱਨ ਨਹੀਂ ਹੈ, ਯਾਨੀ ਕਿ ਮੇਰੇ ਕੋਲ ਪੈੱਨਸ ਹੈ, ਮੇਰੇ ਕੋਲ ਬਹੁਤ ਸਾਰੇ ਪੈੱਨ ਹੈ, ਮਤਲਬ ਮਲਟੀਪਲ ਹੈ, ਹੈ ਨਾ। ਸੋ ਮੱਚ ਅਤੇ ਮੈਨੀ ਨੂੰ ਆਪਾਂ ਦੇਖਦੇ ਹਾਂ, ਜਿਹੜਾ ਮੈਨੀ ਹੈ ਇਹ ਡਿਫਾਈਨ ਕਰਦਾ ਜੀ ਪਲੂਰਲ ਕਾਊਂਟੇਬਲ ਨਾਊਨ, ਜਿਹਨੂੰ ਤੁਸੀਂ ਗਿਣ ਸਕਦੇ ਹੋ ਅਤੇ ਉਹ ਪਲੂਰਲ ਹੋਵੇ। ਜਿਵੇਂ ਕਿ ਸਮ ਬੇਸਿਕ ਐਗਜ਼ਾਮਪਲਸ ਆ ਰਹੇ ਹੋ, ਦੇਰ ਆਰ ਮੈਨੀ ਰੂਮਰਸ ਇਨ ਦਾ ਮਾਰਕੀਟ। ਮੈਨੀ ਦੇ ਨਾਲ ਤੁਸੀਂ ਸਿੰਗੂਲਰ ਨਹੀਂ ਲਾ ਸਕਦੇ, ਆਪਾਂ ਇਕੱਲਾ ਰੂਮਰ ਨਹੀਂ ਲਾਵਾਂਗੇ, ਐਸ ਲਾਵਾਂਗੇ। ਦੇਅਰ ਇਜ਼ਨਟ ਮੱਚ ਸ਼ੂਗਰ ਇਨ ਦਾ ਬਾਓ, ਹੁਣ ਇਹਦੇ ਨਾਲ ਮੱਚ ਦੇ ਨਾਲ ਮੈਂ ਸਿੰਗੂਲਰ ਨਾਊਨ ਰੱਖਤਾ। ਵੀ ਡੋਂਟ ਹੈਵ ਮੱਚ ਇਨਫੋਰਮੇਸ਼ਨ ਔਨ ਦਾ ਟੋਪਿਕ, ਇਨਫੋਰਮੇਸ਼ਨਸ ਤਾਂ ਨਹੀਂ ਲਿਖਿਆ ਨਾ, ਇਨਫੋਰਮੇਸ਼ਨ ਇੰਟਲੋ ਕੈਚ ਕਰੋ, ਕਿਤੇ ਨਾ ਕਿਤੇ ਕੰਮ ਜ਼ਰੂਰ ਆਉਣਗੇ। ਡੂ ਡਿਡ ਡਸ ਦੇ ਨਾਲ ਜੇ ਨੋਟ ਲੱਗਿਆ ਹੋਵੇ ਤਾਂ ਆਪਾਂ ਵਰਬ ਦੀ ਫਸਟ ਫਾਰਮ ਲਗਾਉਂਦੇ ਹਾਂ। ਸ਼ੀ ਡਜ਼ ਲਾਈਕ ਆਈਸ ਕ੍ਰੀਮ, ਡਸ ਦੇ ਨਾਲ ਵੀ ਸਿੱਧਾ ਵਰਬ ਦੀ ਫਸਟ ਫਾਰਮ ਲੱਗ ਜਾਂਦੀ ਹੈ। ਦੇ ਡੂ ਨੋਟ ਲਾਈਕ ਦਾ ਨੇਬਰਸ ਰਿਸਪੋਂਸ, ਡੂ ਨੋਟ ਦੇ ਨਾਲ ਲਾਈਕ ਲੱਗ ਗਿਆ ਫਸਟ ਫਾਰਮ, ਫਸਟ ਫਾਰਮ। ਹੀ ਡਜ਼ ਨੋਟ ਈਟ ਵੈਜੀਟੇਬਲਸ, ਸੋਰੀ ਇਹਨੂੰ ਈਟ ਨੂੰ ਕੱਟ ਦਿਓ, ਡਜ਼ਨਟ ਵੀ ਲਿਖਿਆ ਹੋਵੇ ਤਾਂ ਵੀ ਈਟ ਲਿਖੋਗੇ, ਡਜ਼ ਨੋਟ ਵੀ ਲਿਖਿਆ ਹੋਵੇ ਤਾਂ ਵੀ ਈਟ ਹੀ ਲਿਖੋਗੇ। ਬਾਏ ਵਾਇਲ ਆਫਟਰ ਫੋਰ ਆਫ ਅਤੇ ਇਨ ਦੇ ਨਾਲ ਜੇ ਆਪਾਂ ਨੂੰ ਵਰਬ ਦੀ ਲੋੜ ਪੈਂਦੀ ਹੈ, ਇਹਦੇ ਨਾਲ ਵੀ ਆਈ ਐਨ ਜੀ ਟੋਨ ਹੀ ਜ਼ਿਆਦਾਤਰ ਆਉਂਦੀ ਹੈ। ਸ਼ੀ ਟਰੈਵਲਡ ਬਾਏ ਫਲਾਇੰਗ ਟੂ ਡਿਫਰੈਂਟ ਕੰਟਰੀਜ਼। ਸ਼ੀ ਰੈਡ ਅ ਬੁੱਕ ਵਾਇਲ ਵੇਟਿੰਗ ਫੋਰ ਦਾ ਬੱਸ, ਉਹਨੂੰ ਆਏ ਕਰਦਿਆਂ ਹੋਇਆ। ਥੈਂਕਫੁਲ ਫੋਰ ਬੀਂਗ ਗਿਵਨ ਦਾ ਓਪਰਚੁਨਿਟੀ, ਦਾ ਸਕਸੈਸ ਆਫ ਵਿਨਿੰਗ ਆਫ ਦੇ ਨਾਲ ਆਈ ਐਨ ਜੀ, ਦਾ ਸਕਸੈਸ ਆਫ ਵਿਨਿੰਗ ਦਾ ਅਵਾਰਡ ਵਾਜ ਸੈਲੀਬ੍ਰੇਟਿਡ। ਦੇ ਵਰ ਐਂਗੇਜਡ ਇਨ ਡਿਸਕਸਿੰਗ ਦਾ ਪ੍ਰੋਜੈਕਟ, ਕੀ ਕਰਨ ਦੇ ਵਿੱਚ ਧਿਆਨ ਇਸ ਚੀਜ਼ ਕੰਨੀ ਦੇਖਦਾ ਹੁੰਦਾ, ਜੇ ਉਹਦੇ ਨਾਲ ਬਲੈਂਕ ਦਿੱਤੀ ਹੈ ਤਾਂ ਕੀ ਚਾਹੀਦਾ, ਆਈਡੈਂਟੀਫਾਈ ਵੀ ਕਰਨਾ ਤੁਸੀਂ ਜੋ ਬਲੈਂਕ ਦੇ ਵਿੱਚ ਕੀ ਚੀਜ਼ ਮਿਸਿੰਗ ਹੈ। ਸੈਂਟੈਂਸ ਬਿਨਾਂ ਵਰਬ ਤੋਂ ਸੈਂਸ ਨਹੀਂ ਸਮਝਾ ਸਕਦਾ, ਜੇ ਵਰਬ ਮਿਸਿੰਗ ਹੈ ਤਾਂ ਹੀ ਇੱਥੇ ਵਰਬ ਲਗਾਉਣਾ, ਜੇ ਕੁਛ ਹੋਰ ਪਾਰਟ ਆਫ ਸਪੀਚ ਮਿਸਿੰਗ ਹੈ, ਕਈ ਵਾਰੀ ਟੂ ਵੀ ਆ ਜਾਂਦਾ, ਇਨ ਵੀ ਆ ਜਾਂਦਾ ਬਲੈਂਕ ਦੇ ਵਿੱਚ, ਤਾਂ ਉੱਥੇ ਤੁਸੀਂ ਨਿਰਾ ਪੂਰਾ ਇਹ ਨਾ ਕਹੋ ਸਰ ਤੁਹਾਡਾ ਰੂਲ ਕੰਮ ਨਹੀਂ ਕੀਤਾ। ਰੂਲ ਕੰਮ ਕਰਨਗੇ, ਅੰਡਰਸਟੈਂਡਿੰਗ ਮਸਟ ਹੈ। ਟੀਚਰ ਨੋਟਸ ਨੂੰ ਦੁਬਾਰਾ ਪੜ੍ਹ ਲਓ, ਮੈਂ ਫਿਰ ਤੁਹਾਨੂੰ ਵਾਰੀ ਵਾਰੀ ਕਹਿੰਦਾ ਕਿ ਉਹਨਾਂ ਚੀਜ਼ਾਂ ਨੂੰ ਜਿਹੜਾ ਆਪਾਂ ਪਹਿਲਾਂ ਡਿਸਕਸ ਕਰ ਹਟੇ ਪਿਛਲੀ ਵੀਡੀਓ ਦੇ ਵਿੱਚ, ਉਹਨਾਂ ਬਿਨਾਂ ਗੱਲ ਨਹੀਂ ਬਣਨੀ। ਸੈਕਿੰਡ, ਜਿਹੜੀ ਕੋਲੋਕੇਸ਼ਨ ਦੀ ਮੈਂ ਤੁਹਾਨੂੰ ਵੀਡੀਓ ਦੱਸੀ ਸੀ, ਫਿਰ ਮੈਂ ਦੁਬਾਰਾ ਲਿੰਕ ਦੇ ਦਿੰਦਾ, ਉਹਨੂੰ ਵੀ ਜ਼ਰੂਰ ਚੈੱਕ ਕਰੋ, ਫਿਰ ਹੀ ਜਾ ਕੇ ਤੁਹਾਡੀ ਅੰਡਰਸਟੈਂਡਿੰਗ ਬਣੂਗੀ। ਹੁਣ ਗੱਲ ਆਉਂਦੀ ਹੈ ਜੀ ਰੂਲ ਨੰਬਰ 21 ਤੋਂ ਲੈ ਕੇ ਰੂਲ ਨੰਬਰ 25 ਤੱਕ, ਜਿਹੜਾ ਆਪਾਂ ਡਿਸਕਸ ਕਰਾਂਗੇ ਜਿਹੜੀ ਆਪਣੀ ਥਰਡ ਵੀਡੀਓ ਹੋਊਗੀ। ਉਹ ਤੋਂ ਬਾਅਦ ਜਿਹੜੀਆਂ ਆਪਾਂ ਵੀਡੀਓਜ਼ ਬਣਾਵਾਂਗੇ ਉਹ ਸਾਰੀਆਂ ਹੋਣਗੀਆਂ ਡੇਲੀ ਡਿਸਕਸ਼ਨਸ ਦੇ ਉੱਤੇ। ਮੈਂ ਤੁਹਾਨੂੰ ਰੀਡਿੰਗ ਪਾਇਆ ਕਰੂੰਗਾ, 1.5 ਮਿੰਟ ਦਿਆ ਕਰਾਂਗੇ, 2 ਮਿੰਟ ਦਿਆ ਕਰਾਂਗੇ। ਆਂਸਰਸ ਦੇਣ ਤੋਂ ਬਾਅਦ ਆਪਾਂ ਡਿਸਕਸ ਕਰਾਂਗੇ ਕਿ ਰੂਲ ਨੰਬਰ ਕਿੰਨੇ ਦੇ ਅਕੋਰਡਿੰਗ ਇੱਥੇ ਕਿਹੜਾ ਆਂਸਰ ਕਿਉਂ ਆਇਆ।
ਠੀਕ ਹੈ, ਫਿਰ ਤੁਹਾਨੂੰ ਹੋਰ ਅੰਡਰਸਟੈਂਡਿੰਗ ਬਣੂਗੀ। ਆਪਾਂ ਇਹਨਾਂ ਸਾਰੀਆਂ ਰੂਲਸ ਦੀ ਐਕਸਰਸਾਈਜ਼ ਕਰਾਂਗੇ ਇਹਨਾਂ ਵੀਡੀਓਜ਼ ਤੋਂ ਬਾਅਦ। ਸੋ ਸਟੇ ਟਿਊਨਡ, ਸਬਸਕ੍ਰਾਈਬ, ਸ਼ੇਅਰ ਜ਼ਰੂਰ ਕਰੋ ਚੈਨਲ ਨੂੰ। ਜੇ ਤੁਸੀਂ ਪਹਿਲਾਂ ਵਾਲੀ ਵੀਡੀਓ ਨਹੀਂ ਦੇਖੀ ਤਾਂ ਤੁਸੀਂ ਆਹ ਵਾਲੇ ਲਿੰਕ ਦੇ ਉੱਤੇ ਕਲਿੱਕ ਕਰ ਸਕਦੇ ਹੋ ਅਤੇ ਤੁਸੀਂ ਉਹ ਵਾਲੀ ਵੀਡੀਓ ਨੂੰ ਇੰਜੋਏ ਕਰ ਸਕਦੇ ਹੋ। ਉਦੋਂ ਬਾਅਦ ਫਿਰ ਇਹ ਵੀਡੀਓ ਨੂੰ ਦੁਬਾਰਾ ਦੇਖ ਸਕਦੇ ਹੋ। ਜੇ ਕਿਸੇ ਵੀ ਬੱਚੇ ਨੂੰ ਕਿਸੇ ਟਾਈਪ ਦਾ ਕੋਈ ਇਸ਼ੂ ਆਉਂਦਾ ਤਾਂ ਤੁਸੀਂ ਮੈਨੂੰ ਮੈਸੇਜ ਵਗੈਰਾ ਕਰ ਸਕਦੇ ਹੋ। ਕੋਈ ਰੂਲ ਦੀ ਸਮਝ ਨਹੀਂ ਲੱਗੀ ਤੁਸੀਂ ਮੈਨੂੰ ਉਹ ਮੈਸੇਜ ਕਰ ਸਕਦੇ ਹੋ, ਮੈਂ ਤੁਹਾਨੂੰ ਫਿਰ ਐਗਜ਼ਾਮਪਲ ਦੇ ਕੇ ਇੱਕ ਚੀਜ਼ ਸਮਝਾ ਦੂੰਗਾ। ਤੁਸੀਂ ਪ੍ਰੈਕਟਿਸ ਕਰਨ ਵਾਲੇ ਬਣੋ, ਮੈਂ ਤੁਹਾਨੂੰ ਸਪੋਰਟ ਕਰਦਾ। ਥੈਂਕ ਯੂ।